ਪੁਲਿਸ ਨੇ ਕਿਹਨਾਂ ਨੇ ਕੀਤੀ ਹੈ? ਇਹਨਾਂ ਨੇ ਕਰਵਾਈ ਹੋਣੀ, ਪੁਲਿਸ ਨੇ ਫਿਰ ਕਰਾਈ ਹੋਣੀ। ਜਦੋਂ ਸਾਨੂੰ ਨਹੀਂ ਕੁਝ ਦੱਸਿਆ ਨਹੀਂ, ਪੁੱਛਿਆ ਨਹੀਂ। ਮੇਰਾ ਭਰਾ ਨਾਲੇ ਆਪ ਸ਼ਹਿਰ ਰਹਿੰਦਾ, ਇਹਨੂੰ ਤਾਂ ਦੱਸ ਸਕਦੇ ਸੀ ਨਾ। ਤੁਹਾਨੂੰ ਕਿਵੇਂ ਪਤਾ ਲੱਗਾ? ਸਾਨੂੰ ਵੀ ਕਿਸੇ ਨੇ ਇਸ ਤਰ੍ਹਾਂ ਹੀ ਦੱਸ ਦਿੱਤਾ, ਰਿਸ਼ਤੇਦਾਰਾਂ ਨੇ। ਇਹਨਾਂ ਨੇ ਤਾਂ ਸਾਨੂੰ ਦੱਸਿਆ ਹੀ ਨਹੀਂ ਗਾ। ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ। ਅਸੀਂ ਇਹ ਚਾਹੁੰਦਾ ਵੀ ਕੱਲ੍ਹ 5:25 ਕੱਲ੍ਹ ਸ਼ਾਮ ਨੂੰ ਇੱਥੇ ਡੈੱਡ ਬਾਡੀ ਆਈ, ਸਾਨੂੰ ਕੋਈ ਇਤਲਾਹ ਨਹੀਂ ਮਿਲੀ। ਕੀ ਤੁਸੀਂ ਮੰਨਦੇ ਹੋ ਕਿ ਵੀ ਜਿਹੜੀ ਡੈੱਡ ਬਾਡੀ ਲੇਟ ਦੇਣਾ ਔਰ ਕਿੱਥੇ ਨਾ ਕਿੱਥੇ ਜੇਲ੍ਹ ਦੇ ਅੰਦਰ ਕੁਛ ਨਾ ਕੁਛ ਕਾਰਵਾਈ, ਇਹ ਗੜਬੜ ਪੂਰੀ? ਕਿਸ ਤਰ੍ਹਾਂ ਦੀ ਸ਼ੰਕਾ ਜਤਾਉਂਦੇ ਤੁਸੀਂ ਵੀ ਕੀ ਹੋ ਸਕਦਾ? ਅਸੀਂ ਇਹਨਾਂ ਦੇ ਕਹੇ ਮਾਰਿਆ, ਇਹਦੇ 'ਚ ਜੇਲ੍ਹ ਪ੍ਰਸ਼ਾਸਨ ਦਾ ਹੱਥ ਪੂਰਾ? ਸਰ ਸੁਣ ਚਿਆ ਕੋਈ ਲੜਾਈ ਵੀ ਹੋਈ ਅੰਦਰ? ਹੋ ਸਕਦੀ, ਲੜਾਈ ਵੀ ਹੋਈ ਹੈ ਤਾਂ ਹੀ ਮਰਿਆ। ਤੁਸੀਂ ਕਿੰਨੀ ਦੇਰ ਪਹਿਲਾਂ ਮਿਲੇ ਜੀ? ਸੈਂਟਰ ਜੇਲ੍ਹ ਸੁਪਰਡੈਂਟ ਵੱਲੋਂ ਇੱਕ ਪੱਤਰ ਵਸੂਲ ਹੋਇਆ ਸੀਗਾ, ਜਿਹਦੇ ਵਿੱਚ ਸਾਨੂੰ ਇੱਕ ਕੈਦੀ ਕੇਵਲ ਸਿੰਘ ਪੁੱਤਰ ਬਲਕਾਰ ਸਿੰਘ, ਜੋ ਕਿ ਜੇਲ੍ਹ ਦੇ ਅੰਦਰ ਫਲੱਸ਼ ਵਿੱਚ ਉਹਨੇ ਫਾਇਆ ਲੈ ਲਿਆ ਸੀਗਾ, ਅਤੇ ਉਹਦੇ ਸੰਬੰਧ ਵਿੱਚ ਜੋ ਇੱਥੇ ਅਸੀਂ ਕਾਰਵਾਈ ਕਰਨ ਲਈ ਆਏ ਹਾਂ 176 ਦੀ ਥਾਣਾ ਸਿਵਲ ਹਸਪਤਾਲ, ਆਪਣਾ ਸਿਵਲ ਹੋਸਪਿਟਲ ਫਿਰੋਜ਼ਪੁਰ। ਸਰ ਜੇ ਗੱਲ ਕਰੀਏ ਜੇਲ੍ਹਾਂ ਦੇ ਵਿੱਚ ਜੇ ਫਾਇਲ ਲੈਣੇ, ਸਕਿਉਰਟੀ ਜਿਹੜੀ ਉਸ 'ਤੇ ਸਵਾਲੀਆ ਨਿਸ਼ਾਨ ਹੈ, ਸਕਿਉਰਟੀ ਕਿੱਥੇ ਸੀ? ਜੇਲ੍ਹ ਪ੍ਰਸ਼ਾਸਨ ਨੂੰ ਪੁੱਛੋ ਨਾ, ਜੇਲ੍ਹ ਪ੍ਰਸ਼ਾਸਨ, ਇਹ ਜੇਲ੍ਹ ਪ੍ਰਸ਼ਾਸਨ ਦੀ ਡਿਊਟੀ ਹੈ ਨਾ। ਕੀ ਉਹਦੇ ਖਿਲਾਫ਼ ਕਾਰਵਾਈ ਹੋਈ ਜੀ ਜੇਲ੍ਹ ਪ੍ਰਸ਼ਾਸਨ? ਇਹ ਮਿਨਿਸਟਰ ਸਾਹਿਬ ਨੂੰ ਪੁੱਛੋ।